ਇੱਕ ਸਾਲ ਤੋਂ ਪਹਿਲਾਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਬਣੇਗੀ ਅਤਿ ਆਧੁਨਿਕ ਯਾਦਗਾਰ। ਕੈਪਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸਾਰਾਗੜ੍ਹੀ ਜੰਗ ਦੀ 121ਵੀਂ ਵਰ੍ਹੇਗੰਢ ਮੌਕੇ ਤੇ ਇਸ ਜੰਗ ਵਿੱਚ ਹਿੱਸਾ ਲੈ ਕੇ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਫੌਜੀਆਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਅਗਲੀ ਵਰ੍ਹੇਗੰਢ ਤੋਂ ਪਹਿਲਾਂ ਅਤਿ ਆਧੁਨਿਕ ਸਾਰਾਗੜ੍ਹੀ ਯਾਦਗਾਰ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਅਤਿ ਆਧੁਨਿਕ ਯਾਦਗਾਰ ਦੇ ਮਾਡਲ ਦੀ ਰੂਪਰੇਖਾ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ 7ਵੀਂ ਇਨਫੈਂਟਰੀ ਡਿਵੀਜ਼ਨ ਦੇ ਮੇਜਰ ਜਨਰਲ ਜੇ.ਐਸ. ਸੰਧੂ ਦੀ ਅਗਵਾਈ ਵਿੱਚ ਸਾਰਾਗੜ੍ਹ ਯਾਦਗਾਰ ਪ੍ਰਬੰਧਕ ਕਮੇਟੀ ਇਸ ਯਾਦਗਾਰ ਦੇ ਸਮੁੱਚੇ ਨਿਰਮਾਣ ਕਾਰਜਾਂ ਨੂੰ ਦੇਖੇਗੀ। 1897 ਵਿੱਚ ਅੱਜ ਦੇ ਦਿਹਾੜੇ 12 ਸਪਟੰਬਰ ਨੂੰ ਇੱਕ ਗੜੀ ਸੀ ਨੌਰਥ ਵੈਸਟ ਫਰੰਟੀਅਰ ਦੇ ਵਿੱਚ, ਜਿੱਥੇ ਸਾਡੀ ਇੱਕ ਪਲਟੂਨ ਹਵਲਦਾਰ ਈਸ਼ਰ ਸਿੰਘ ਦੇ ਅਧੀਨ ਕਮਾਂਡ ਦੇ ਅਧੀਨ ਉੱਥੇ ਉਸ ਗੜੀ ਦੇ ਵਿੱਚ ਸੀ। ਉਹ ਕਮਿਊਨੀਕੇਸ਼ਨ ਪੋਸਟ ਸੀ, ਜਿਹੜੇ ਦੋ ਕਿਲ੍ਹਿਆਂ ਦੇ ਦੀ ਕਮਿਊਨੀਕੇਸ਼ਨ ਰੱਖਦਾ ਸੀ, ਫੋਰਟ ਲੋਕਹਾਰਟ ਔਰ ਫੋਰਟ ਗੁਲਿਸਤਾਨ ਦਾ। ਔਰ ਇੱਥੇ ਇਹ ਅਫਰੀਦੀ ਔਰ ਹੁਰਕਜ਼ਾਈ ਦੋ ਉੱਧਰ ਦੇ ਬੰਦੇ ਨੇ ਜਿਹੜੇ ਟ੍ਰਾਈਬਸਮੈਨ ਨੇ, ਜਿੱਥੇ ਅੱਜ ਵੀ ਪਾਕਿਸਤਾਨੀ ਫੌਜ ਉਹਨਾਂ ਨਾਲ ਉੱਥੇ ਲੜ ਰਹੀ ਹੈ, ਉਹਨਾਂ ਨੇ ਜਾ ਕੇ ਇਕੱਠੇ ਉਸ 'ਤੇ ਹਮਲਾ ਕੀਤਾ ਅਤੇ ਉਸ ਪਲਟੂਨ ਨੇ ਪੂਰੀ ਦਲੇਰੀ ਨਾਲ ਲੜੇ। ਉਹਨਾਂ ਨੂੰ ਆਫਰ ਵੀ ਹੋਈ ਸੀ ਕਿ ਤੁਸੀਂ ਆਪਣੇ ਹਥਿਆਰ ਰੱਖ ਦਿਓ, ਚਲੇ ਜਾਓ, ਅਸੀਂ ਕੁਛ ਨਹੀਂ ਕਰਾਂਗੇ। ਕਹਿੰਦੇ ਨੇ ਅਸੀਂ ਲੜਾਂਗੇ, ਔਰ ਅਖੀਰਲੇ ਦਮ ਤੱਕ ਲੜਦੇ ਰਹੇ ਔਰ ਸਾਰੇ ਦੇ ਸਾਰੇ ਸ਼ਹੀਦ ਹੋਏ ਨੇ, ਬੜੀ ਬਹਾਦਰੀ ਨਾਲ ਸ਼ਹੀਦ ਹੋਏ ਨੇ। ਤਕਰੀਬਨ 600 ਦੇ ਕਰੀਬ ਅਫਰੀਦੀ ਜਿਹੜੇ ਸੀ ਉਹਨਾਂ ਦੀ ਲਾਸ਼ਾਂ ਬਾਅਦ 'ਚ ਮਿਲੀਆਂ, ਔਰ ਇਹ ਸੀ ਸਾਡੇ 22 ਮੁੰਡੇ ਸਰ, ਉਹਨਾਂ ਦੀ ਯਾਦ ਹੈ ਸਰ ਇਹਨਾਂ ਦੀ। ਔਰ ਇੱਥੇ ਹੀ ਬਰਕੀ ਦਾ ਮੈਮੋਰੀਅਲ ਈਸੀ ਡਿਵੀਜ਼ਨ ਦਾ 65 ਬ੍ਰਿਗੇਡ ਦਾ ਸੀ, ਔਰ ਮੈਨੂੰ ਯਾਦ ਹੈ ਉਹ ਦਿਨ, ਕਿਉਂਕਿ ਮੈਂ ਉਦੋਂ ਜਨਰਲ ਹਰਭਗਤ ਸਿੰਘ ਦਾ ADC ਸੀ ਅਤੇ ਅਸੀਂ ਉਸ ਸ਼ਾਮ ਨੂੰ ਅੰਮ੍ਰਿਤਸਰ ਤੋਂ ਚੱਲੇ, 15 ਡੇਵ ਨੂੰ ਮਿਲੇ, ਫਿਰ 7 ਡੇਵ ਨੂੰ, ਫਿਰ 4 ਡੇਵ ਨੂੰ, ਔਰ ਅਸੀਂ ਕੋਰ ਹੈੱਡਕੁਆਰਟਰ ਰਹੀਆ ਪਹੁੰਚੇ 3 ਵਜੇ ਸਵੇਰੇ। ਉਹ ਦਿਨ ਰਾਤ ਨੂੰ ਇਹ ਹਮਲਾ ਹੋਇਆ ਸੀ ਐਂਡ ਬੜੀ ਬਹਾਦਰੀ ਨਾਲ ਪਲਟਣ, ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਬਹਾਦਰ ਪਲਟਣ, ਉਹਨਾਂ ਦੀ ਦੋਨੋਂ ਜੰਗੀ ਨਿਸ਼ਾਨ ਇੱਧਰ ਇਸ ਸਾਰਾਗੜ੍ਹੀ ਇਲਾਕੇ ਦੇ ਵਿੱਚ ਹੈਗੇ, ਇੱਕ ਬਰਕੀ ਦਾ ਵੀ ਔਰ ਇੱਕ ਸਾਰਾਗੜ੍ਹੀ ਦਾ ਵੀ ਮੈਮੋਰੀਅਲ, ਜੋ ਜਨਰਲ ਸਾਹਿਬ ਨੇ ਮੈਨੂੰ ਦੱਸਿਆ ਬਣਾਉਣ ਲੱਗੇ ਨੇ ਇੱਥੇ। ਜੋ ਪੰਜਾਬ ਗਵਰਨਮੈਂਟ ਇਸ ਵਾਸਤੇ ਕਰ ਸਕਦੀ, ਅਸੀਂ ਹਰ ਵੇਲੇ ਹਾਂ। ਸਿਰਫ ਇਹੀ ਨਹੀਂ, ਇਸ ਪਲਟਨ ਨੇ ਚੀਨ ਦੀ ਲੜਾਈ 'ਚ ਵਾਲੋਂਗ ਸੈਕਟਰ ਦੇ ਵਿੱਚ ਇੱਕ ਮੇਰੇ ਸਾਡੇ ਸਕੂਲ ਦੇ ਦੋਸਤ ਸੇ ਯਾਦ ਸ਼ਹੀਦ ਹੋਏ 4 ਸਿੱਖ ਨਾਲ ਹੀ, 4 ਸਿੱਖ 36 ਸਿੱਖ ਨਾਲ ਹੀ। ਸਪਾਈ ਕੇਵਲ ਸਿੰਘ ਨੂੰ ਉੱਥੇ ਮਹਾਂਵੀਰ ਚੱਕਰ ਮਿਲਿਆ ਅਤੇ ਇੱਕ ਬਹੁਤ ਬਹਾਦਰ ਪਲਟਨ ਹੈ। ਔਰ ਜਦੋਂ ਇਹ ਸਾਰਾਗੜ੍ਹੀ ਦੀ ਲੜਾਈ ਹੋਈ ਸੀ ਉਦੋਂ ਇਹਨਾਂ ਦਾ ਜਨਮ ਸਿੰਘ 10 ਸਾਲ ਦਾ ਇਹਨਾਂ ਦੀ ਰੇਜ਼ਿੰਗ ਹੋਈ ਸੀ, ਤਾਂ ਉਹ ਬੜੀ ਨਵੀਂ ਪਲਟਨ ਸੀ। ਪਹਿਲਾਂ ਉਹ ਗਏ ਮਣੀਪੁਰ, ਜਿੱਥੋਂ ਹੁਣ ਫਿਰ ਆਏ ਨੇ ਮਣੀਪੁਰ ਤੋਂ, ਔਰ ਉਸ ਤੋਂ ਬਾਅਦ ਸਿੱਧੇ ਪੇਸ਼ਾਵਰ, ਪੇਸ਼ਾਵਰ ਤੋਂ ਕੁਹਾਟ, ਕੁਹਾਟ ਤੋਂ ਅੱਗੇ ਸਾਰਾਗੜ੍ਹੀ ਦੀ ਪਹਾੜੀ ਦੇ ਉੱਪਰ, ਜਿੱਥੇ ਉਹਨਾਂ ਦੇ ਮੋਰਚੇ ਲੱਗੇ ਸਨ।